ਜੱਟ ਐਂਡ ਜੂਲੀਅਟ 3 ਫਿਲਮ ਦਾ ਨਵਾਂ ਪੋਸਟਰ ਆਇਆ ਸਾਹਮਣੇ। ਜੀ ਹਾਂ, ਰੀਸੈਂਟਲੀ ਇਸ ਫਿਲਮ ਦੇ ਨਵੇਂ ਪੋਸਟਰ ਨੂੰ ਰਿਵੀਲ ਕੀਤਾ ਗਿਆ ਜਿਸ ਦੇ ਵਿੱਚ ਅਸੀਂ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੋਵਾਂ ਨੂੰ ਹੀ ਦੇਖ ਸਕਦੇ ਹਾਂ। ਜੱਟ ਐਂਡ ਜੂਲੀਅਟ 3 ਦੇ ਪੋਸਟਰ ਦੇ ਵਿੱਚ ਅਸੀਂ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਵੇਖ ਰਹੇ ਹਾਂ। ਦੱਸ ਦਈਏ ਕਿ ਇਸ ਪੋਸਟਰ ਦੇ ਵਿੱਚ ਸਾਨੂੰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਵਾਲੇ ਅਵਤਾਰ ਦੇ ਵਿੱਚ ਨਜ਼ਰ ਆ ਰਹੇ ਨੇ, ਜੋ ਕਿ ਜੱਟ ਐਂਡ ਜੂਲੀਅਟ ਤੇ ਜੱਟ ਐਂਡ ਜੂਲੀਅਟ 2 ਦਾ ਵੀ ਸ਼ਿੰਗਾਰ ਬਣੀ ਰਹੀ। ਇਸ ਲੁੱਕ ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਕੈਰੈਕਟਰ ਵੀ ਇੱਕ ਆਈਕੋਨਿਕ ਕੈਰੈਕਟਰ ਹੈ ਪੰਜਾਬੀ ਫਿਲਮ ਇੰਡਸਟਰੀ ਦਾ। ਸੋ ਦਿਲਜੀਤ ਦੋਸਾਂਝ ਜੋ ਨੇ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ, ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਵਾਲਾ ਕੈਰੈਕਟਰ ਪਲੇ ਕਰਦੇ ਹੋਏ। ਸੋ ਹੁਣ ਵੇਖਦੇ ਹਾਂ ਕਿ ਨੀਰੂ ਬਾਜਵਾ ਦਾ ਕੈਰੈਕਟਰ ਕਿਹੋ ਜਿਹਾ ਹੁੰਦਾ ਹੈ। ਪਿਛਲੀ ਫਿਲਮ ਦੇ ਵਿੱਚ ਨੀਰੂ ਬਾਜਵਾ ਵੀ ਪੁਲਿਸ ਆਫਿਸਰਸ ਦਾ ਕੈਰੈਕਟਰ ਪਲੇ ਕਰ ਚੁੱਕੇ ਨੇ। ਸੋ ਹੁਣ ਦੇਖਦੇ ਹਾਂ ਕਿ ਨੀਰੂ ਬਾਜਵਾ ਇਸ ਫਿਲਮ ਦੇ ਵਿੱਚ ਕਿਹੜਾ ਕੈਰੈਕਟਰ ਪਲੇ ਕਰਦੇ ਨੇ ਜਾਂ ਫਿਰ ਇਸ ਫਿਲਮ ਦੀ ਕਹਾਣੀ ਕਿਵੇਂ ਬਾਕੀਆਂ ਨਾਲੋਂ ਡਿਫਰੈਂਟ ਹੁੰਦੀ ਹੈ। ਦੱਸ ਦੀ ਕਿ ਇਸ ਫਿਲਮ ਦੀ ਕਹਾਣੀ ਨੂੰ ਜਗਦੀਪ ਸਿੱਧੂ ਦੇ ਵੱਲੋਂ ਲਿਖਿਆ ਗਿਆ, ਜੋ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਐਜ ਅ ਫਿਲਮ ਰਾਈਟਰ ਇੱਕ ਕਾਫੀ ਸਟੈਬਲਿਸ਼ਡ ਨਾਮ ਹੈ, ਜਿਨ੍ਹਾਂ ਨੇ ਆਪਣੇ ਕਰੀਅਰ ਦੇ ਵਿੱਚ ਕਈ ਸੁਪਰਹਿਟ ਫਿਲਮਾਂ ਦਿੱਤੀਆਂ ਨੇ। ਕਿਸਮਤ ਤੇ ਸੁਫਨਾ ਵਰਗੀਆਂ ਫਿਲਮਾਂ ਇਹਨਾਂ ਨੇ ਲਿਖੀਆਂ ਤੇ ਡਾਇਰੈਕਟ ਕੀਤੀਆਂ ਨੇ, ਇਹਨਾਂ ਦੇ ਹਿੱਸੇ ਆਈਆਂ ਨੇ। ਸੋ ਦੱਸ ਦਈਏ ਕਿ ਜਗਦੀਪ ਸਿੱਧੂ ਹੋਰਾਂ ਦੇ ਵੱਲੋਂ ਹੀ ਜੱਟ ਐਂਡ ਜੂਲੀਅਟ 3 ਵੀ ਲਿਖੀ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਦੀ ਡਾਇਰੈਕਸ਼ਨ ਵੀ ਜਗਦੀਪ ਸਿੱਧੂ ਹੋਰਾਂ ਵੱਲੋਂ ਹੀ ਕੀਤੀ ਗਈ ਹੈ। ਪਰ ਜੱਟ ਐਂਡ ਜੂਲੀਅਟ ਤੇ ਜੱਟ ਐਂਡ ਜੂਲੀਅਟ 2 ਨੂੰ ਡਾਇਰੈਕਟ ਜਗਦੀਪ ਸਿੱਧੂ ਹੋਰਾਂ ਨੇ ਨਹੀਂ ਕੀਤਾ ਸੀ, ਲੇਕਿਨ ਜੱਟ ਐਂਡ ਜੂਲੀਅਟ 3 ਨੂੰ ਇਹ ਡਾਇਰੈਕਟ ਕਰਨ ਵਾਲੇ ਨੇ। ਸੋ ਆਪਣੇ ਆਪ ਦੇ ਵਿੱਚ ਇਹ ਕਾਫੀ ਵੱਡੀ ਗੱਲ ਹੈ ਕਿ ਇੱਕ ਨਵੀਂ ਕੋਲਾਬਰੇਸ਼ਨ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ, ਇੱਕ ਨਵਾਂ ਕੰਬੀਨੇਸ਼ਨ ਸਾਹਮਣੇ ਆ ਰਿਹਾ ਹੈ। ਸੋ ਇਸ ਫਿਲਮ ਦੇ ਵਿੱਚ ਹੋਰ ਸਾਰੇ ਕਈ ਨਵੇਂ ਕੈਰੈਕਟਰਸ ਵੀ ਇੰਟਰੋਡਿਊਸ ਕਰਨ ਵਾਲੇ ਨੇ ਜਗਦੀਪ ਸਿੱਧੂ। ਬਿਹਾਈਂਡ ਦ ਸੀਨਸ ਦੀਆਂ ਤਸਵੀਰਾਂ ਜਗਦੀਪ ਸਿੱਧੂ ਨੇ ਕਾਫੀ ਸਾਰੀਆਂ ਸ਼ੇਅਰ ਕੀਤੀਆਂ ਨੇ। ਹੁਣ ਪੋਸਟ ਪ੍ਰੋਡਕਸ਼ਨ ਦੀਆਂ ਸਟੋਰੀਜ਼ ਵੀ ਜਗਦੀਪ ਸਿੱਧੂ ਸ਼ੇਅਰ ਕਰਦੇ ਰਹਿੰਦੇ ਨੇ। ਸੋ ਦੇਖਦੇ ਹਾਂ ਕਿ ਇਸ ਫਿਲਮ ਦੇ ਵਿੱਚ ਕੀ ਕੁਝ ਡਿਫਰੈਂਟ ਹੁੰਦਾ ਤੇ ਜਗਦੀਪ ਸਿੱਧੂ ਦਾ ਜਿਹੜਾ ਇੱਕ ਸ਼ੇਡ ਹੈ, ਜਿਹੜਾ ਜਗਦੀਪ ਸਿੱਧੂ ਦਾ ਮੈਜਿਕ ਹੈ, ਫਿਲਮ ਦੇ ਵਿੱਚ ਕਿੰਨਾ ਨਜ਼ਰ ਆਉਂਦਾ। ਜੇਕਰ ਫਿਲਮ ਦੇ ਬਾਕੀ ਕ੍ਰੈਡਿਟਸ ਦੀ ਗੱਲ ਕਰੀਏ ਤੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਬਲਵਿੰਦਰ ਸਿੰਘ ਰੂਬੀ, ਦਿਨੇਸ਼ ਔਲਖ, ਗੁਣਬੀਰ ਸਿੰਘ ਸਿੱਧੂ ਤੇ ਮਨਮੋਹਨ ਸਿੰਘ ਸਿੱਧੂ ਤੇ ਦਿਲਜੀਤ ਦੋਸਾਂਝ ਦੇ ਵੱਲੋਂ ਯਾਨੀ ਕਿ ਫਿਲਮ ਨੂੰ ਪ੍ਰੈਜ਼ੈਂਟ ਕਰ ਰਹੇ ਨੇ ਵਾਈਟ ਹਿਲ ਸਟੂਡੀਓਜ਼ ਐਂਡ ਸਪੀਡ ਰੈਕਟਸ ਇਨ ਐਸੋਸੀਏਸ਼ਨ ਵਿਦ ਸਟੋਰੀ ਟਾਈਮ ਪ੍ਰੋਡਕਸ਼ਨਸ, ਯਾਨੀ ਕਿ ਵਾਈਟ ਹਿਲ ਸਟੂਡੀਓਜ਼, ਸਪੀਡ ਰੈਕਟਸ ਐਂਡ ਸਟੋਰੀ ਟਾਈਮ ਪ੍ਰੋਡਕਸ਼ਨਸ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਹੈ ਜੱਟ ਐਂਡ ਜੂਲੀਅਟ 3। ਵੈਲ, ਇਸ ਫਿਲਮ ਦੇ ਕੋ ਪ੍ਰੋਡਿਊਸਰ ਨੇ ਦਰਸ਼ਨਪਾਲ ਸਿੰਘ ਗਰੇਵਾਲ ਤੇ ਸੰਦੀਪ ਬੰਸਲ। ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਤੋਂ ਇਲਾਵਾ ਜੈਸਮਿਨ ਬਾਜਵਾ, ਰਾਣਾ ਰਣਬੀਰ, ਬੀ ਐਨ ਸ਼ਰਮਾ, ਨਾਸਿਰ ਚਿਨਿਓਤੀ, ਅਕਰਮ ਉਦਾਸ, ਹਰਦੀਪ ਗਿੱਲ, ਮੋਹਿਨੀ ਤੂਰ ਤੇ ਸੁੱਖ ਪਿੰਡੀਆਲਾ ਵਰਗੇ ਕਈ ਸਾਰੇ ਆਰਟਿਸਟ ਨਜ਼ਰ ਆਉਣ ਵਾਲੇ ਨੇ। ਇਹ ਫਿਲਮ 28 June 2024 ਯਾਨੀ ਕਿ ਅਗਲੇ ਮਹੀਨੇ 28 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਵਾਲੀ ਹੈ। ਕਿੰਨੇ ਐਕਸਾਈਟਿਡ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।